sen çekenin ses seni kesik değil mi? ਅਸਲਾਮ ਅਲੈਕਮ, ਹੱਸਦੇ ਰਹੋ ਵਸਦੇ ਰਹੋ। ਮੈਂ ਤਾਰਕ ਸਾਨੀ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਅੱਜ ਜਿਹੜੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਮ ਹੈ ਦੁਸ਼ਮਨ ਦਾਦਾ। ਅਤੇ ਇਹ ਫਿਲਮ ਜਿਹੜੀ ਹੈ ਇਹ ਯੂਟਿਊਬ 'ਤੇ ਮੌਜੂਦ ਨਹੀਂ ਹੈ। ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਸੁਲਤਾਨ ਰਹੀ ਨੇ ਅਦਾ ਕੀਤਾ ਹੈ। ਅਤੇ ਇਸ ਫਿਲਮ ਦੇ ਅੰਦਰ ਜਿਹੜਾ ਸੁਲਤਾਨ ਰਹੀ ਹੁੰਦਾ ਹੈ ਉਹ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦਾ ਹੈ। ਉਸਦਾ ਇੱਕ ਪੁੱਤਰ ਹੁੰਦਾ ਹੈ ਔਰ ਉਹਦਾ ਇੱਕ ਪੋਤਰਾ ਹੁੰਦਾ ਹੈ ਸਬੀਆ ਖਾਨਮ ਨੇ, ਦੀਬਾ ਨੇ ਉਹਦੀ ਨੂੰਹ ਦਾ ਕਿਰਦਾਰ ਅਦਾ ਕੀਤਾ ਹੈ। ਜਿਹੜਾ ਉਹਦਾ ਪੁੱਤਰ ਹੁੰਦਾ ਔਰ ਜਿਹੜਾ ਉਹਦਾ ਪੋਤਾ ਹੁੰਦਾ ਹੈ ਉਹਦੇ ਨਾਲ ਬਹੁਤ ਮੁਹੱਬਤ ਕਰਦੇ ਨੇ। ਔਰ ਇੱਕ ਇੰਸ਼ੋਰੈਂਸ ਏਜੰਟ ਉਹਦੇ ਦਫ਼ਤਰ ਵਿੱਚ ਆਉਂਦਾ ਹੈ ਜਿਹੜਾ ਕਿ ਉਹਦੇ ਮਾਲਿਕ ਕੋਬਰਾ ਨੂੰ ਮਿਲਣਾ ਚਾਹੁੰਦਾ ਹੈ। ਕੋਬਰਾ ਅਤੇ ਗਲਿਆਨਾ ਉਸਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ। ਕੋਬਰਾ ਦਾ ਕਿਰਦਾਰ ਅਦਾਕਾਰ ਅਦੀਬ ਨੇ ਔਰ ਗਲਿਆਨੇ ਦਾ ਕਿਰਦਾਰ ਅਦਾਕਾਰ ਨਿਮਤ ਸਰਦੀ ਨੇ ਅਦਾ ਕੀਤਾ ਹੈ। ਇੰਸ਼ੋਰੈਂਸ ਏਜੰਟ ਹੁੰਦਾ ਉਸਦਾ ਕਿਰਦਾਰ ਉਮਰ ਦਰਾਜ਼ ਖਲੀਲ ਨੇ ਅਦਾ ਕੀਤਾ ਹੈ, ਜਿਹਦੇ ਕੋਲੋਂ ਇੱਕ ਇਮਾਰਤ ਦੀ ਇੰਸ਼ੋਰੈਂਸ ਕਰਵਾਉਂਦੇ ਹਨ ਤਾਂ ਕਿ ਉਹਨੂੰ ਬਲਾਸਟ ਕਰਕੇ ਉਹਨੂੰ ਉਡਾ ਕੇ ਉਹ ਕਲੇਮ ਦੀ ਰਕਮ ਹਾਸਲ ਕਰ ਸਕਣ। ਜਿਹੜੀ ਬਿਲਡਿੰਗ ਹੁੰਦੀ ਉਹਦੇ ਵਿੱਚ ਕਾਫੀ ਸਾਰੇ ਲੋਕ ਰਿਹਾਇਸ਼ ਪਜ਼ੀਰ ਹੁੰਦੇ ਨੇ। ਅਤੇ ਜਦੋਂ ਸੁਲਤਾਨ ਰਾਏ ਨੂੰ ਪਤਾ ਚੱਲਦਾ ਹੈ ਉਹ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲੈਂਦਾ ਹੈ ਅਤੇ ਉਹਨਾਂ ਨੂੰ ਇਹ ਦੱਸਦਾ ਕਿ ਮੈਂ ਤੁਹਾਡਾ ਇਹ ਮਨਸੂਬਾ ਕਾਮਯਾਬ ਨਹੀਂ ਹੋਣ ਦਿਆਂਗਾ। ਉਹ ਤੋਂ ਫਰਾਰ ਹੋ ਜਾਂਦਾ ਹੈ, ਗੁੰਡੇ ਉਹਦੇ ਪਿੱਛਾ ਕਰਦੇ ਨੇ ਔਰ ਇਸ ਦੌਰਾਨ ਜਿਹੜਾ ਏਜੰਟ ਹੁੰਦਾ ਹੈ ਉਮਰ ਦਰਾਜ਼ ਖਲੀਲ ਉਹਨੂੰ ਉਹ ਕਤਲ ਕਰ ਦਿੰਦਾ ਸੁਲਤਾਨ। ਪੁਲਿਸ ਜਿਤਨੀ ਦੇਰੀ ਸੁਲਤਾਨ ਨੂੰ ਸਮਾਰਕ 'ਤੇ ਪੁੱਛਦਾ ਪੁਲਿਸ ਉਹਦੇ ਘਰ ਜਾ ਕੇ ਰੇਡ ਕਰਦੀ ਹੈ ਔਰ ਉਹਦੇ ਪੁੱਤਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਉਹਦੀ ਜਿਹੜੀ ਨੂੰਹ ਆਉਂਦੀ ਹੈ ਉਹ ਤੇਜ਼ੀ ਨਾਲ ਆਉਂਦੀ ਹੈ ਔਰ ਰਸਤੇ ਉਹਦਾ ਅਤੇ ਸੁਲਤਾਨ ਦਾ ਟਕਰਾਅ ਹੋ ਜਾਂਦਾ ਹੈ। ਉਹ ਸੁਲਤਾਨ ਨੂੰ ਕਹਿੰਦੀ ਹੈ ਕਿ ਪੁਲਿਸ ਜਿਹੜਾ ਤੇਰੇ ਪੁੱਤਰ ਨੂੰ ਗ੍ਰਿਫਤਾਰ ਕਰਕੇ ਲੈ ਗਈ ਹੈ, ਖੁਦਾ ਦਾ ਵਾਸਤੇ ਤੂੰ ਮੇਰੇ ਨਾਲ ਥਾਣੇ 'ਚ ਆ ਤਾਂ ਕਿ ਅਸੀਂ ਉਹਨੂੰ ਬਚਾ ਲਈਏ। ਲੇਕਿਨ ਸੁਲਤਾਨ ਉਹਦੀ ਗੱਲ ਨਹੀਂ ਮੰਨਦਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀਆਂ ਦਾ ਸਵਾਲ ਹੋ ਜਾਂਦਾ ਹੈ। ਔਰ ਜਾਂਦਾ ਔਰ ਜਾ ਕੇ ਜਿਹੜਾ ਇਮਾਰਤ ਦੇ ਥੱਲੇ ਜਾ ਕੇ ਉਹ ਸ਼ੋਰ ਮਚਾ ਦਿੰਦਾ ਔਰ ਲੋਕਾਂ ਨੂੰ ਖਬਰਦਾਰ ਕਰ ਦਿੰਦਾ ਔਰ ਬੰਬ ਬਲਾਸਟ ਹੁੰਦਾ। ਲੇਕਿਨ ਬਹੁਤ ਲੋਕ ਬਚ ਜਾਂਦੇ ਨੇ ਔਰ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ। ਲੇਕਿਨ ਜਿਹੜੀ ਉਹਦੀ ਨੂੰਹ ਹੁੰਦੀ ਹੈ ਉਹਦੇ ਕੋਲੋਂ ਮੁਤਨਫ਼ਰ ਹੋ ਜਾਂਦੀ ਹੈ। ਉਹ ਇਹ ਸੋਚਦੀ ਹੈ ਸੁਲਤਾਨ ਨੇ ਉਸਨੇ ਖੁਦਗਰਜ਼ੀ ਕੀਤੀ ਹੈ। ਸੁਲਤਾਨ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ। ਜਦੋਂ ਪੁਲਿਸ ਉਹਨੂੰ ਗ੍ਰਿਫਤਾਰ ਕਰਦੀ ਹੈ ਅਤੇ ਉਹਨੂੰ ਪਤਾ ਚੱਲਦਾ ਕਿ ਉਹਦਾ ਜਿਹੜਾ ਪੁੱਤਰ ਹੈ ਉਹਦੇ ਥਾਣੇ 'ਚ ਆਏ ਨਹੀਂ ਕਿਉਂਕਿ ਪੁਲਿਸ ਨੇ ਉਸਨੂੰ ਗ੍ਰਿਫਤਾਰ ਨਹੀਂ ਕੀਤਾ। ਖੈਰ ਜਦੋਂ ਪਤਾ ਚੱਲਦਾ ਕਿ ਜਿਹੜਾ ਗਲਿਆਣਾ ਅਤੇ ਕੋਬਰੇ ਦੇ ਬੰਦੇ ਹੁੰਦੇ ਨੇ ਉਹ ਪੁਲਿਸ ਦਾ ਭੇਸ ਬਦਲ ਕੇ ਉਹਨੂੰ ਲਿਆਉਂਦੇ ਨੇ ਔਰ ਉਹਨੂੰ ਉੱਥੇ ਲਿਆ ਕੇ ਕਤਲ ਕਰ ਦਿੰਦੇ ਨੇ। ਹਰ ਵਕਤ ਗੁਜ਼ਰਦਾ ਹੈ, ਜਿਹੜਾ ਉਹਦਾ ਪੋਤਾ ਹੁੰਦਾ ਉਹ ਜਵਾਨ ਹੋ ਜਾਂਦਾ ਹੈ। ਪੋਤੇ ਦਾ ਜਿਹੜਾ ਕਿਰਦਾਰ ਹੈ ਅਦਾਕਾਰ ਇਸਮਾਇਲ ਸ਼ਾਹ ਨੇ ਅਦਾ ਕੀਤਾ ਅਤੇ ਉਹਦਾ ਨਾਮ ਕਾਮੀ ਹੁੰਦਾ ਹੈ। ਕਾਮੀ ਵੀ ਇੱਕ ਬੁਰਾ ਇਨਸਾਨ ਬਣ ਜਾਂਦਾ ਔਰ ਬੁਰੇ ਕੰਮਾਂ 'ਚ ਪੈ ਜਾਂਦਾ। ਬਾਬਰਾ ਨੇ ਇਸ ਫਿਲਮ ਦੇ ਅੰਦਰ ਰੇਸ਼ਮ ਦਾ ਕਿਰਦਾਰ ਅਦਾ ਕੀਤਾ, ਜਿਹੜੀ ਇੱਕ ਸਮਗਲਰ ਹੁੰਦੀ ਹੈ ਔਰ ਸਮਗਲਿੰਗ ਕਰਦੀ ਹੈ। ਔਰ ਸ਼ਾਇਦ ਅਮੀਨੀ ਨੇ ਜੁਬਲੀ ਦਾ ਕਿਰਦਾਰ ਅਦਾ ਕੀਤਾ, ਜਿਹੜੀ ਕਿ ਜਿਸਦਾ ਕੰਮ ਹੁੰਦਾ ਪੈਟਰੋਲ ਚੋਰੀ ਕਰਨਾ। ਉਹਦੇ ਉਹਨੇ 2-4-6 ਛੋਟੇ ਛੋਟੇ ਕੱਦ ਦੇ ਬੰਦੇ ਰੱਖੇ ਹੁੰਦੇ ਨੇ ਜਿਨ੍ਹਾਂ ਦੇ ਜ਼ਰੀਏ ਉਹ ਪੈਟਰੋਲ ਚੋਰੀ ਕਰਦੀ ਹੈ। ਇਸ ਤਰ੍ਹਾਂ ਜਿਹੜਾ ਰੇਸ਼ਮ ਹੁੰਦੀ ਹੈ, ਰੇਸ਼ਮ ਬਹੁਤ ਬੜੀ ਸਮਗਲਰ ਹੁੰਦੀ ਔਰ ਕੋਸ਼ਿਸ਼ ਕਰਕੇ ਉਹ ਕਾਮੀ ਨੂੰ ਵੀ ਆਪਣੇ ਗਰੋਹ ਦੇ ਵਿੱਚ ਸ਼ਾਮਿਲ ਕਰਦੀ ਹੈ। ਇੱਥੋਂ ਮੀਆਂ ਸਾਹਿਬ ਹੁੰਦੇ ਨੇ, ਮੀਆਂ ਸਾਹਿਬ ਦਾ ਕਿਰਦਾਰ ਜਿਹੜਾ ਅਦਾਕਾਰ ਖਿਆਮ ਸਰਦੀ ਨੇ ਅਦਾ ਕੀਤਾ ਹੈ। ਅਤੇ ਉਹ ਮੀਆਂ ਸਾਹਿਬ ਜਿਹੜੇ ਹੁੰਦੇ ਨੇ ਉਹਦੇ ਕੋਲ ਜਿਹੜੀ ਦੀਬਾ ਹੁੰਦੀ ਹੈ ਉਹਦੇ ਜ਼ਬੈਦਾ ਦਾ ਨਾਮ ਜ਼ਬੈਦਾ ਹੁੰਦਾ ਹੈ। ਜ਼ਬੈਦਾ ਜਿਹੜੀ ਉਹਦੀ ਨੌਕਰਾਣੀ ਦੇ ਤੌਰ 'ਤੇ ਉਹਨਾਂ ਦੇ ਕਾਰ ਕੰਮ ਕਰਦੀ ਹੈ।
ਕੋਬਰਾ ਦੀ ਨਜ਼ਰ ਜਿਹੜਾ ਨਾ ਮੀਆਂ ਸਾਹਿਬ ਦੀ ਜਗ੍ਹਾ ਆਉਂਦੀ ਹੈ, ਬਹੁਤ ਵੱਡਾ ਜੰਗਾ ਜੰਗਲ ਹੁੰਦਾ, ਉਹਦੇ ਵਿੱਚ ਉਹਦੀ ਜਗ੍ਹਾ ਆਉਂਦੀ ਹੈ ਜਿੱਥੇ ਕੋਬਰਾ ਪਲੇ ਲੈਂਡ ਬਣਾਉਣਾ ਚਾਹੁੰਦਾ ਹੈ ਔਰ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜ਼ਮੀਨ 'ਤੇ ਕਬਜ਼ਾ ਕਰੇ, ਔਰ ਉਹ ਕਾਫੀ ਦਫਾ ਮੀਆਂ ਸਾਹਿਬ ਨੂੰ ਇਸ ਚੀਜ਼ 'ਤੇ ਰਾਜ਼ੀ ਕਰਦਾ ਹੈ ਕਿ ਉਹ ਜ਼ਮੀਨ ਵੇਚਣ, ਲੇਕਿਨ ਉਹ ਜ਼ਮੀਨ ਵੇਚਣੇ ਤੋਂ ਸਾਫ਼ ਇਨਕਾਰ ਕਰ ਦਿੰਦਾ ਹੈ। ਕਈ ਦਫ਼ਾ ਉਹਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ ਲੇਕਿਨ ਉਹ ਬਚ ਜਾਂਦਾ ਹੈ। ਇਹ ਸੀਨ ਬੜਾ ਹੀ ਜ਼ਬਰਦਸਤ ਹੁੰਦਾ ਜਦੋਂ ਰੇਸ਼ਮ ਨੂੰ ਕੋਬਰਾ ਹੁਕਮ ਦਿੰਦਾ ਕਿ ਤੂੰ ਜਾ ਕੇ ਮੀਆਂ ਸਾਹਿਬ ਨੂੰ ਕਤਲ ਕਰਨਾ, ਔਰ ਉਹ ਮੀਆਂ ਸਾਹਿਬ ਨੂੰ ਕਤਲ ਕਰਨ ਜਾਂਦੀ ਹੈ, ਲੇਕਿਨ ਜਦੋਂ ਮੀਆਂ ਸਾਹਿਬ ਦੀ ਉਹਦੀ ਨਜ਼ਰ ਪੈਂਦੀ ਹੈ ਤਾਂ ਉਹਨੂੰ ਇਹ ਪਤਾ ਚੱਲਦਾ ਕਿ ਉਹਦਾ ਵਿਛੜਿਆ ਹੋਇਆ ਪਿਓ ਹੈ। ਉਹ ਆਪਣੇ ਪਿਓ ਕੋਲੋਂ ਸਖ਼ਤ ਨਫ਼ਰਤ ਕਰਦੀ ਹੈ ਕਿਉਂਕਿ ਜਿਹੜਾ ਉਹਦਾ ਪਿਓ ਹੁੰਦਾ ਉਹਨੇ ਦੂਸਰੀ ਸ਼ਾਦੀ ਕਰ ਲਿੱਤੀ ਹੁੰਦੀ ਹੈ, ਔਰ ਬਚਪਨ ਹੀ ਉਹਨਾਂ ਦੋਨਾਂ ਭੈਣਾਂ ਨੂੰ, ਇਹ ਦੋ ਭੈਣਾਂ ਹੁੰਦੀਆਂ ਨੇ, ਉਹਨਾਂ ਦੋਵਾਂ ਭੈਣਾਂ ਨੂੰ ਰੋਡ 'ਤੇ ਛੋੜ ਕੇ ਚਲਾ ਜਾਂਦਾ, ਉਹਦੀ ਮਾਂ ਖੂਨ ਲਾਉਣ ਦੀ ਵਜ੍ਹਾ ਤੋਂ ਮਰ ਜਾਂਦੀ ਹੈ, ਜਿਸ ਵਜ੍ਹਾ ਤੋਂ ਇਹ ਦੋਨੋਂ ਭੈਣਾਂ ਆਪਸ ਹੀ ਵਿਛੜ ਜਾਂਦੀਆਂ ਹਨ ਔਰ ਆਪਣੇ ਪਿਓ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ। ਬਾਬਾ ਸ਼੍ਰੀ ਨੇ ਬੜੀ ਜ਼ਬਰਦਸਤ ਸੀਨ ਕੀਤਾ ਔਰ ਬੜਾ ਹੀ ਅੱਛਾ ਇਸ ਸੀਨ ਦੇ ਅੰਦਰ ਐਕਸਪ੍ਰੈਸ਼ਨ ਉਸਨੇ ਦਿੱਤੇ। ਜਦੋਂ ਮੀਆਂ ਸਾਹਿਬ ਨੂੰ ਬਾਰ ਬਾਰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਤਾਂ ਮੀਆਂ ਸਾਹਿਬ ਜਿਹੜਾ ਸੁਲਤਾਨ ਹੁੰਦਾ ਉਹਨੂੰ ਪਿਓ ਤੋਂ ਰਿਹਾਈ ਦਿਲਵਾ ਕੇ ਉਹਨੂੰ ਆਪਣੇ ਕੋਲ ਮੁਹਾਫਜ਼ ਦੇ ਤੌਰ 'ਤੇ ਰੱਖ ਲੈਂਦੇ ਹਨ, ਔਰ ਕਾਫੀ ਦਫ਼ਾ ਜਦੋਂ ਕੋਬਰੇ ਦੇ ਬੰਦੇ ਉਹਦੇ 'ਤੇ ਹਮਲਾਵਰ ਹੁੰਦੇ ਨੇ ਅਤੇ ਉਹ ਬਚਾਉਂਦੇ ਆ ਉਸਨੂੰ, ਔਰ ਜਦੋਂ ਸੁਲਤਾਨ ਨੂੰ ਕੋਬਰਾ ਦੇਖਦਾ ਤਾਂ ਉਹਨੂੰ ਪਤਾ ਚੱਲ ਜਾਂਦਾ ਕਿ ਇਹ ਕਾਮੀ ਕਮਰਾਨ ਦਾ ਜਿਹੜਾ ਨਾ ਇਹ ਦਾਦਾ ਹੈ, ਔਰ ਕਮਰਾਨ ਅਤੇ ਉਹਨੂੰ ਆਪਸ ਹੀ ਸਾਹਮਣੇ ਇੱਕ ਦੂਜੇ 'ਤੇ ਲਿਆਉਂਦੇ ਨੇ, ਆਪਸ ਹੀ ਇੱਕ ਦੂਜੇ ਦੇ ਸਾਹਮਣੇ ਆਉਂਦੇ ਨੇ ਅਤੇ ਕੋਬਰਾ ਸਾਰੀ ਹਕੀਕਤ ਉਸ ਟਾਈਮ ਖੋਲ੍ਹਦਾ ਕਿ ਇਸ ਤਰ੍ਹਾਂ ਇਹ ਜਿਹੜਾ ਸੁਲਤਾਨ ਹੈ ਇਸਨੇ ਕਈ ਲੋਕਾਂ ਦੀ ਜਾਨ ਬਚਾਈ ਹੈ। ਜਦੋਂ ਦੀਬਾ ਜ਼ਬੈਦਾ ਸੁਣਦੀ ਹੈ ਤਾਂ ਉਹਨੂੰ ਅਸਲ ਹਕੀਕਤ ਦਾ ਪਤਾ ਚੱਲਦਾ। ਇਸ ਜਿਹੜੀ ਰੇਸ਼ਮ ਹੁੰਦੀ ਹੈ, ਰੇਸ਼ਮ ਅਤੇ ਜਿਹੜੀ ਸ਼ਾਇਦ ਮਿੰਨੀ ਜੁਬਲੀ ਹੁੰਦੀ ਉਹ ਆਪਸ ਹੀ ਸਗੀਆਂ ਭੈਣਾਂ ਹੁੰਦੀਆਂ ਹਨ। ਇਸਮਾਇਲ ਸ਼ਾਹ ਜਦੋਂ ਉਹ ਜੁਬਲੀ ਦੇ ਨਾਲ ਗੱਲ ਕਰ ਰਿਹਾ ਹੁੰਦਾ ਅਤੇ ਰੇਸ਼ਮ ਜਿਹੜੀ ਹੁੰਦੀ ਉਹ ਜੈਲਸੀ ਮਹਿਸੂਸ ਕਰਦੀ ਹੈ, ਉਹ ਐਸੀਆਂ ਗੱਲਾਂ ਕਰਦੀ ਜਿਸ ਦੀ ਬਾਅਦ ਜੁਬਲੀ ਨੂੰ ਪਤਾ ਚੱਲ ਜਾਂਦਾ ਕਿ ਜਿਹੜਾ ਰੇਸ਼ਮ ਹੈ ਉਹਦੀ ਸਗੀ ਭੈਣ ਉਹ ਆਪਸ ਹੀ ਭੈਣਾਂ ਮਿਲ ਜਾਂਦੀਆਂ ਹਨ। ਜਿਹੜਾ ਕੋਬਰਾ ਹੁੰਦਾ ਉਹ ਜ਼ਬੈਦਾ ਨੂੰ ਅਗਵਾ ਕਰ ਲੈਂਦਾ, ਸੁਲਤਾਨ ਕੋਲ ਇਹ ਵਾਅਦਾ ਕਰ ਲੈਂਦਾ ਕਿ ਉਹ ਉਹਦੀ ਰਸਤੇ ਦੀ ਦੀਵਾਰ ਨਹੀਂ ਬਣੇਗਾ। ਮੀਆਂ ਸਾਹਿਬ ਨੂੰ ਅਗਵਾ ਕਰ ਲਿੱਤਾ ਜਾਂਦਾ ਔਰ ਐਂਡ 'ਤੇ ਇਹ ਹੁੰਦਾ ਕਿ ਉਹ ਸਭ ਨੂੰ ਮਾਰ ਦਿੰਦੇ ਹਨ, ਜਿਹੜੀ ਜੁਬਲੀ ਆਉਂਦੀ ਉਹ ਵੀ ਮਾਰੀ ਜਾਂਦੀ ਹੈ ਔਰ ਸੁਲਤਾਨ ਵੀ ਮਾਰਿਆ ਜਾਂਦਾ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ, ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ, ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।